ਕਹਾਣੀ ਦੀ ਨਾ ਗੱਲ ਕੇ ਵੱਖਰੀ ਹੁੰਦੀ ਹੈ। ਹਰ ਮੋੜ ਉੱਪਰ, ਹਰ ਇੱਕ ਰਸਤੇ ਉੱਪਰ ਇੱਕ ਵੱਖਰੀ ਕਹਾਣੀ ਜਿਹੜੀ ਦਿਖਣੇ ਕੀ ਹੁੰਦੀ ਹੈ। ਮੈਂ ਇਸ ਵਕਤ ਪੌਣੀ 'ਚ ਹਾਂ ਅਤੇ ਪੌਣੀ 'ਚ ਤੂੰ ਜਿਹੜਾ ਇੱਕ ਥੋਰਨੀ ਇੱਕ ਰਸਤਾ ਜਿਹੜਾ ਜਾਣੇ ਵਾਲਾ, ਉਸ ਰਸਤੇ 'ਚ ਜ਼ਿਆਦਾ ਹੀ ਮੈਂ ਇੱਕ ਬੋਲੀ ਜਿਹੜੀ ਆ ਥੋਈ, ਯਾਨੀ ਕਿ ਇੱਕ ਐਸਾ ਨੈਚੁਰਲ ਇੱਕ ਸੋਰਸ ਹੈ ਪਾਣੀ ਦਾ, ਜਿੱਥੋਂ ਲੋਕ ਆਈਏ ਜਿਹੜਾ ਪਾਣੀ ਪੀਂਦੇ ਵੀ ਹਨ, ਆਪਣਾ ਕੰਮ ਕਾਜ ਵੀ ਕਰਦੇ ਨੇ। ਅਤੇ ਤੁਸੀਂ ਦੇਖੋ ਪਿੱਛੇ ਮੇਰੇ, ਬਿਲਕੁਲ ਬੋਲੀ ਜਿਹੜੀ ਹੈ ਜਿਸੀ ਅਸੀਂ ਆਖਦੇ ਹੁੰਦੇ ਹਾਂ, ਅਤੇ ਇਹ ਬੋਲੀ 'ਚੋਂ ਲੋਕ ਆਉਂਦੇ ਨੇ ਬਥੇਰੇ, ਜਿਹੜੇ ਇਸ ਗ੍ਰਾਂ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਨਾ, ਉਹ ਬੋਲੀ 'ਚ ਆਉਂਦੇ ਇੱਥੇ ਅਤੇ ਪਾਣੀ ਭਰਦੇ ਪੀਣੇ ਵਾਲਾ ਵੀ ਅਤੇ ਪਾਣੀ ਲਈਏ ਵੀ ਜਾਂਦੇ। ਕਿਉਂਕਿ ਵੈਸੇ ਵੀ ਗ੍ਰਾਂ 'ਚ ਦੇਖਣੇ ਕਿ ਜਿਹੜੇ ਸ਼ਹਿਰੇ 'ਚ ਜਿਹੜਾ ਹੁੰਦਾ ਨਾ ਕਿ ਨਲਕੇ ਲੱਗੇ ਦੇ, PHE ਡਿਪਾਰਟਮੈਂਟ ਜਿਹੜਾ ਨਲਕੇ ਇਹਨੇ ਲਾਏ ਦੇ ਲੋਕਾਂ ਦੇ ਘਰੇ ਘਰੇ 'ਚ, ਪੈਪਾਂ ਪੁੱਜਦੀਆਂ ਉਹ ਨਹੀਂ ਪੁੱਜਦੀਆਂ ਇੱਥੇ ਤੱਕ। ਅਤੇ ਮੇਰੇ ਕੰਨੇ ਇੱਥੇ ਇੱਕ ਇੱਥੇ ਗ੍ਰਾਂ ਦੇ ਘਰ ਰਹਿਣ ਵਾਲੀ ਇੱਕ ਜਨਾਨੀ ਨੇ, ਉਹਦੇ ਕੰਨੇ ਗੱਲ ਕਰਨੇ ਆ। ਕੀ ਨਾਂ ਤੁਹਾਡਾ? ਮੇਰਾ ਨਾਂ ਸ਼ਕਤੀ ਦੇਵੀ। ਤੇ ਤੁਸੀਂ ਇੱਥੋਂ ਲੈ ਕੇ ਰੋਣੇ ਵਾਲੇ ਹੋ? ਆਹੋ, ਇੱਥੋਂ ਰੋਣੇ ਨੇ। ਤੇ ਮੈਂ ਇਹ ਸੁਣਾਓ, ਤੁਸੀਂ ਇੱਥੇ ਕੱਪੜੇ ਧੋਣ ਆਏ ਦੇ ਅੱਜ? ਆਹੋ। ਅੱਛਾ, ਮਤਲਬ ਇਹ ਬੇੜਾ ਗੋਲ ਹੈ ਤੇ ਇੱਥੇ ਕੱਪੜੇ ਵੀ ਧੋਈ ਲਏ? ਨਹੀਂ, ਇਹ ਪਾਣੀ ਨਹੀਂ ਆਣਾ ਵੀ, ਇਹ ਪਾਣੀ ਹੀ ਆ ਤੇ ਇੱਥੇ ਕਿ ਧੋਣੇ? ਹਾਂ, ਨਹੀਂ ਮੈਂ ਦੇਖਿਆ ਰੇੜੇ ਦੇ ਵੀ ਆਣ ਤੁਸੀਂ ਕੱਪੜੇ ਇੱਥੇ। ਆਹੋ, ਕੀ ਕਰਚੇ ਵੀ ਇੱਥੇ ਕਿ ਸੁਕਾਉਣੇ ਹੁੰਦੇ ਫਿਰ? ਨਹੀਂ ਨਹੀਂ, ਲਈ ਜਾਂਦੇ ਆ ਘਰ, ਚਲੋ ਧੋਆਦੇ ਆ, ਚਲੋ ਸੁਕਾਉਣੇ ਆ, ਜਲ ਘਰ ਜਾਣਾ ਲਈ ਜਾਣੀ, ਥੋੜਾ ਨਿਚੜੀ ਆਣ। ਆਹੋ, ਵੀ ਵਜਨ ਘੱਟ ਹੋਈ ਆਗਣੀ। ਮੀ ਦੱਸੋ ਇਹ ਕਿੰਨੀ ਪੁਰਾਣੀ ਬੋਲੀ, ਇੱਥੇ ਕਿੰਨੇ ਤੁਸੀਂ ਜਿਸਲੇ ਦੇ ਬੋਏ ਦੇ ਆਏ ਦੇ ਉੱਥੇ ਕੀ ਆਏ ਦਿਖੇ? ਹਾਂ ਮੰਮੀ, ਹੁਣ 15 ਸਾਲ ਹੋਈ ਆ ਇਹਦੇ, ਇਹਦੇ ਇਹੀ ਬੋਲੀ ਹੈ। ਅੱਛਾ, ਪੂਰੇ ਗ੍ਰਾਂ ਦੇ ਇੱਥੇ ਹੀ ਇਹਦੇ ਪਰ ਡਿਪੈਂਡੈਂਟ ਹੈ? ਆਹੋ, ਤੁਹਾਡੇ ਘਰ ਪਿੱਛੇ ਵੀ ਆਣੇ, ਇੱਕ ਪਿੱਛੇ ਵੀ ਆ ਬੋਲੀ, ਚਾਰ ਪੰਜ ਘਰ ਉੱਧਰ ਜਾਂਦੇ ਠੀਕ ਨਾ, ਜਿਹੜਾ ਇਹ ਸਾਰਾ ਮਹੱਲਾ ਇੱਧਰ ਆ ਜਾਂਦਾ। ਸ਼ਹਿਰ 'ਚ ਗਏ ਹੋ ਤੁਸੀਂ ਕਦੇ? ਸ਼ਹਿਰ ਵਿੱਚ ਇਹੀ ਕੋਈ ਰਿਸ਼ਤੇਦਾਰੀ ਹੋ ਜਾਂਦੇ ਤੇ ਇਹ ਕਿੱਥੇ ਜਾ ਰਹੇ? ਉੱਥੇ ਤਾਂ ਫਿਰ ਟੁੱਟੀਆਂ ਟੁੱਟੀਆਂ ਲਾਈ ਦੀਆਂ ਲੋਕ। ਹਾਂ, ਟੁੱਟੀਆਂ ਲਾ ਦੀਆਂ ਨਾ। ਤੇ ਮੀ ਇਸ ਨਾ, ਉਹ ਸ਼ਹਿਰ ਦਾ ਪਾਣੀ ਜਿਸ ਤੁਸੀਂ ਪੀਤੇ ਦਾ ਘਿਓਣਾ, ਜਿਸਲੇ ਲੋਕ ਮਹਿਮਾਨ ਵੀ ਜਾਏ ਤਾਂ ਉਹਦੀ ਖਾਤੇਦਾਰੀ ਕਰਦੇ, ਉਹਦੇ ਪਾਣੀ 'ਚ ਅਤੇ ਇਸ ਦੇ ਪਾਣੀ 'ਚ ਕੀ ਫਰਕ ਹੈ? ਇਹ ਵੀ ਕੋਰਜਾ ਪਾਣੀ ਹੈ ਅਤੇ ਇਹ ਠੀਕ ਲੱਗਦਾ ਅਸੀਂ, ਅਤੇ ਜਿਹੜਾ ਔਖਾ ਪਾਣੀ ਹੈ ਅਤੇ ਅਸੀਂ ਘੱਟ ਕੇ ਪਸੰਦ ਆਉਂਦਾ, ਅਸੀਂ ਸਵਾਦ ਨਹੀਂ ਲੱਗਦਾ, ਅਸੀਂ ਔਖਾ ਪਾਣੀ ਨਾ, ਅਸੀਂ ਇਹੀ ਪਸੰਦ ਆ। ਅਤੇ ਰੋਟੀ ਇਸ ਪਾਣੀ ਦੀ ਬਣਾਉਂਦੇ ਹੁੰਦੇ ਹੋ? ਅਸੀਂ ਰੋਟੀ ਵੀ ਇਸੇ ਪਾਣੀ ਦੀ ਬਣਾਉਂਦੇ ਹਾਂ। ਰੋਟੀ ਦਾ ਸਵਾਦ ਵੀ ਥੋੜ੍ਹਾ ਚੇਂਜ ਹੋਏਗਾ? ਆਹੋ, ਅਭੀ ਤਾਂ ਖਾਈ ਆਇਓ ਸਾਡੇ, ਜ਼ਰੂਰ ਬੋਲੀ ਦਾ ਪਾਣੀ ਦਾ, ਉਹਦੇ ਕੰਨੇ ਰੋਟੀ ਬਣਾਈ ਬਣਾਈ ਹੈ, ਖਲਾਗੇ ਨਾ ਤੁਸੀਂ। ਅੱਛਾ, ਕੀ ਬਣਾਇਆ ਦਾ ਫਿਰ? ਇਹਲੇ ਦੇ ਫਿਲਹਾਲ ਦਾਲ ਚਾੜੀ ਆ ਦੀਆਂ। ਅੱਛਾ, ਦਾਲ ਬਣਾਈ ਦੀ। ਅੱਛਾ, ਦਾਲ ਮਤਲਬ ਇਸ ਪਾਣੀ ਕਨੇ ਗਲੀ ਜਾਂਦੀ ਨਾ? ਆਹੋ, ਗਲੀ ਜਾਂਦੀ। ਕਿ ਮੈਂ ਦੇਖਿਆ ਕਿ ਸ਼ਹਿਰਾਂ ਦੇ ਜਿਹੜਾ ਟੁੱਟੀਆਂ ਵਾਲਾ ਪਾਣੀ ਹੁੰਦਾ, ਕਈ ਵਾਰ ਦਾਲ ਨਹੀਂ ਵੀ ਗਲਦੀ ਹੈ? ਨਹੀਂ ਨਹੀਂ, ਸਾਡੀ ਗਲੀ ਜਾਂਦੀ ਦਾਲ। ਆਹੋ, ਦਾਲ ਗਲੀ ਜਾਂਦੀ। ਅੱਛਾ, ਤੁਹਾਡਾ ਕੀ ਨਾਂ ਹੈ? ਭਾਰਤੀ ਦੇਵੀ। ਤੇ ਤੁਸੀਂ ਵੀ ਇੱਥੇ ਆਉਂਦੇ ਹੋ ਮੰਮੀ ਕਹਿੰਦੇ? ਆਹੋ, ਰੋਜ਼ ਰੋਜ਼। ਤੇ ਪਾਣੀ ਭਰਨੇ ਹੁੰਦੇ ਉੱਥੇ ਆਈਏ? ਆਹੋ, ਨਹਾਉਣੇ ਵਾਲਾ ਪਾਣੀ ਵੀ ਕਨੇ ਲਈ ਜਾਂਦੇ? ਹਾਂ। ਅੱਛਾ, ਨਹੀਂ ਨਹਾਉਣੀ ਸਵੇਰੇ ਇੱਥੇ ਕੇ ਆਉਂਦੇ ਆ। ਇੱਥੇ ਬਾਥਰੂਮ ਬਣੇ ਦਾ ਕੋਈ? ਨਹੀਂ, ਬਾਥਰੂਮ ਨਹੀਂ ਬਣਾ। ਇਹਾਂ ਕਿ ਨਹਾਉਣਾ? ਹਾਂ, ਸਵੇਰੇ ਫਿਰ ਜਲਦੀ ਆਉਣਾ, ਨੇਰੇ ਨੇਰੇ ਨਹਾਈ ਜਾਣਾ। ਠੀਕ। ਅੱਛਾ, ਕੋਈ ਚਾਦਰ ਚੁਦਰ ਗਈਆਂ ਕਰ ਲੈਣਾ, ਪਰਦਾ ਪਾ ਲੈਣਾ। ਆਹੋ, ਕੋਈ ਐ ਵੀ ਯਾਦ ਹੈ ਵੀ ਆਖਣਾ ਵਾ ਨਹਾ ਦੇ ਉੱਪਰ ਕੇ ਠਹਿਰੀ ਜਾਂਦੇ? ਨੈਚੁਰਲ ਸੋਰਸ ਹੈ, ਖਰੀ ਗੱਲ ਹੈ, ਮਤਲਬ ਜਿਹੜਾ ਕੁਦਰਤ ਨੇ ਅਸੀਂ ਇੱਕ ਤੋਹਫਾ ਦਿੱਤਾ ਦਾ ਕਿ ਬਈ ਪਾਣੀ ਹੈ, ਯੂਜ਼ ਕਰੋ, ਇਸ ਇਸਤੇਮਾਲ ਕਰੋ, ਪੀਣੇ ਤਾਂ ਇਹ ਪਾਣੀ ਬਿਲਕੁਲ ਠੀਕ ਹੈ, ਬਾਕੀ ਕੰਮੇ ਤਾਂ ਵੀ ਪਾਣੀ ਠੀਕ ਹੈ। ਲੇਕਿਨ ਇਹ ਨਿੱਕੀ ਬੱਚੀ ਦਿਖੀ ਹੈ, ਮੈਂ ਇੱਕ ਥੋੜ੍ਹੀ ਗੱਲ ਲੱਗੀ ਕਿ ਭਈ ਜਿਹੜੇ ਸਰਕਾਰ ਨੇ ਜਾਂ ਜਿਹੜੇ ਪੰਚਾਇਤਾਂ ਇੱਥੇ ਹਨ ਗ੍ਰਾਂ 'ਚ, ਉਹਨੇ ਕੀ ਘੱਟੋ ਘੱਟ ਇਹ ਕਰਨਾ ਚਾਹੀਦਾ ਕਿ ਘਰ ਘਰ 'ਚ ਪੈਪ ਜਿਹੜੀ ਹੈ ਪੁਜਾਣੀ ਚਾਹੀਦੀ, ਤਾਂ ਕਿ ਲੋਕ ਦੇ ਘਰ ਤੱਕ ਜਿਹੜਾ ਪਾਣੀ ਪੁੱਜੇ ਅਤੇ ਉਹ ਘੱਟੋ ਘੱਟ ਉੱਥੇ ਦਾ ਨਹਾਉਣੇ ਧੋਣੇ ਵਾਲਾ ਜਿਹੜਾ ਕੰਮ ਹੈ ਉੱਥੇ ਕਰਨ, ਕੱਪੜੇ ਧੋਣੇ ਵਾਲਾ ਆਪਣੇ ਘਰ ਹੈਗੇ ਕਰਨ, ਇੰਨੀ ਦੂਰੋਂ ਆਪਣੇ ਸਿਰਾਂ ਉੱਪਰ ਚੁੱਕੀਏ ਬਾਲਟੀ ਜਾਂ ਫਿਰ ਆਪਣੇ ਸਿਰਾਂ ਉੱਪਰ ਚੁੱਕੀਏ ਟੋਕਰਾ ਨਹੀਂ ਆਨਣ ਕੱਪੜੇ ਦਾ ਅਤੇ ਇੱਥੇ ਆਈਏ ਧੋਣ, ਅਤੇ ਸਵੇਰੇ ਸਵੇਰੇ ਨਹਾਉਣਾ ਵੀ ਪਾਉਂਦਾ ਇੱਥੇ, ਥੋੜ੍ਹੀ ਸ਼ਰਮ ਵਾਲੀ ਗੱਲ ਵੀ ਹੁੰਦੀ ਜਨਾਨੀਆਂ ਤਾਂ ਕਿ ਭਈ ਸਵੇਰੇ ਸਵੇਰੇ ਬੜਲੇ ਬੜਲੇ ਆਉਣਾ ਪਾਉਂਦਾ ਨਹਾਉਣੇ ਤਾਂ ਹੀ। ਅਤੇ ਇਹ ਥੋੜ੍ਹੀ ਮੈਨੂੰ ਲੱਗਦਾ ਕਿ ਇੱਕ ਕਮੀ ਹੈ ਕੁਤੇ, ਬੋਲੀ ਠੀਕ ਹੈ ਪਰ ਕਮੀ ਹੈ ਇਸ ਚੀਜ਼ ਦੀ ਕਿ ਬਈ ਇਹ ਵੀ ਸਾਡੇ ਗ੍ਰਾਂ 'ਚ ਉਹ ਨਾਲੇ ਉਹ ਜਿਹੜੀ ਪੈਪਾਂ ਨੇ ਉਹ ਨਹੀਂ ਪੈ ਦੀਆਂ ਹਨ, ਤਾਂ ਕਿ ਪੈਪਾਂ ਪਾਉਣ ਅਤੇ ਲੋਕ ਵੀ ਆਪਣੇ ਘਰ ਦਾ ਜਿਹੜਾ ਕੰਮ ਹੈ ਉੱਥੇ ਕੇ ਕਰੀ ਸਕਣ, ਬੋਲੀ ਤੱਕ ਆਉਣੇ ਦੀ ਉਹਨੇ ਕੀ ਜ਼ਰੂਰਤ ਨਾ ਪਈ। ਅਤੇ ਪੌਣੀ ਦੀ ਪੰਚਾਇਤ ਕੀ ਮੈਂ ਇਹੋ ਆ ਗਈ ਕਿ ਪੰਚਾਇਤ ਜਿਹੜੇ ਲੋਕ ਨੂੰ ਚਲਾ ਦੇ ਕੰਮ ਕਰ ਕਾਜ ਕਰਾ ਦੇ ਨਾ, ਉਹਨੇ ਕੀ ਮੈਂ ਇਹ ਆ ਗਈ ਕਿ ਭਈ ਇਹਨਾਂ ਲੋਕਾਂ ਦੇ ਘਰੇ ਘਰੇ ਤੱਕ ਪੈਪ ਪੁਜਾਓ, ਤਾਂ ਕਿ ਇਹਨਾਂ ਲੋਕਾਂ ਦੀ ਸਹੂਲਤ ਜਿਹੜੀ ਉਹ ਘਰ ਬੈਠੇ ਬੈਠੇ ਕੇ ਥੋ। ਅਤੇ ਹੋਰ ਕੁਛ ਐਸੀ ਕਹਾਣੀ ਜਿਹੜੀ ਹੈ ਤੁਹਾਡੇ ਸਾਹਮਣੇ ਜ਼ਰੂਰ ਲਈ ਆ ਗਈ, ਮੈਂ ਕੀ ਦਿਓ ਫਿਲਹਾਲ ਇਜਾਜ਼ਤ।